खिच लो पंजाबी ओ खिचो तैयारी आने वाली ए झाड़ू दीवारी बहम कई दे कदे पहला हूं बाई बिच भी कदा गे हां दो बारी पहला एम पी चुने हूं सी एम बना के छड़ा गे दो बारी पहला एम पी चुने क्या बात है दो बारी पहला एम पी चुने हूं सी एम बना के छड़ा गे की बना दोगे सी एम मैं कहना लोगों का जोड़ा इस बारी झुका गा वो सारा इधर ही है पिछली बार भी बड़ी ठोक के सपोर्ट करी भगवंत होर गुरदर्शन धूरी होर ने छोटे गाने ते जिहड़े भगवंत मान होरी अक्सर ला के चोण प्रचार करते सी पीड़ ती चलिया मतलब जिन्हें भी रिक्शे वगैरह कंबाइनां हर एक कंपेन दसाता सी कहिंदे भगवंत मान होर ने गाना चला चला के बिलकुल जी बिलकुल कौन करू गारी सांद लियो उठे तूफान दिया कर कर गल्ला हुंदिया झाड़ू चोण निशान दिया तुसीं गल करी सी गीत दे विच कि दिल्लियों उठे तूफान दिया केजरीवाल दी सोच दे नाल सहमत नहीं ज़्यादा हुण दूजा पासा भी जे देखियो भी दिल्ली दी चलदा है ना जिता दोंगे भगवंत होरां नूं पक्की है जी जित पक्की है घर घर दे विच सारे किते इही गल्लां हो रहियां झाड़ू दूसरे पासे किहड़ा दलवीर सिंह गोल्डी है साफ सुथरी छवी दे मन्निया जांदा उन्होंने भी वह कहिंदे पेचा फसमी आ कम कहिंदे उरे लोकां दा जिहड़ा आपां माहौल देखिए पर इस वारी झाड़ू कन्नी है इस बार तुसीं जिक्र कर रहे हो कि एम पी चुनिया पहला हुण सी एम बना के छड्डांगे ते एक किते भगवंत होरी कह के तां नहीं लिखाउंदे इह जिही गीत जां आपदे आप ही उन्हां नूं इक हुंदा वी आपां ने खुशी दे तौर ते गिफ्ट करिया ਇਹ ਵਰਕਰਾਂ ਦੇ ਦਿਲ ਦੀ ਗੱਲ ਹੁੰਦੀ ਹੈ ਜੋ ਵੀ ਹੁੰਦੀ ਹੈ ਵੀ ਅਸੀਂ ਐਂ ਕਰਨਾ ਅਸੀਂ ਐਂ ਕਰਨਾ ਹੈ ਨਾ ਅਤੇ ਤੁਸੀਂ ਜਿਹੜਾ ਡੋਲੇ ਨੂੰ ਤਵੀਤ ਬੰਨਿਆ ਤੁਸੀਂ ਆਪ ਪ੍ਰੋਡਿਊਸ ਕੀਤਾ ਸੀ ਉਹਨੂੰ ਅਤੇ ਲਲਿਤ ਭਾਜੀ ਨੇ ਮਿਊਜ਼ਿਕ ਕਰਿਆ ਸੀ ਹੈ ਨਾ ਤੁਹਾਡੀ ਕੰਪਨੀ 'ਚ ਆਇਆ ਸੀਗਾ ਉਹ ਸੁਰਮੇ ਦੀ ਧਾਰ ਨਾਲ ਨੈਣਾਂ ਨੂੰ ਸਜਾ ਲਿਆ ਪੱਟ ਦਾ ਪਰਾਂਦਾ ਕੂਹਲਾ ਵਾਲਾਂ 'ਚ ਗੰਦਾ ਲਿਆ ਉਹ ਮੈਂ ਕਿ ਅਤਰਾਂ ਦੀ ਜਾਵੇ ਸਿਰ ਚੜ੍ਹਦੀ ਡੋਲੇ ਨੂੰ ਤਬੀਤ ਬੰਨਿਆ ਓਏ ਕੁੜੀ ਨਜ਼ਰਾਂ ਲੱਗਣ ਤੋਂ ਡਰਦੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਮੁਖ ਸੰਧੂ ਤੁਸੀਂ ਖਬਰੀ ਡਾਕੀਏ ਦੇ ਨਾਲ ਫਿਰ ਜੁੜ ਚੁੱਕੇ ਹੋ ਮੈਂ ਖੜਿਆ ਹਲਕਾ ਧੂਰੀ ਦੇ ਵਿੱਚ ਹਲਕਾ ਧੂਰੀ ਇਸ ਸਮੇਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਾਰਨ ਹੈ ਭਗਵੰਤ ਮਾਨ ਹੋਰਾਂ ਨੇ ਇੱਥੋਂ ਚੁਣਾਵ ਲੜਨਾ ਹੈ ਗੋਲਡੀ ਹੋਰਾਂ ਦੇ ਵਿਰੁੱਧ ਅਤੇ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਪਾਰਟੀ ਨੂੰ ਆਮ ਆਦਮੀ ਪਾਰਟੀ ਨੂੰ ਸਪੋਰਟ ਦੀ ਲੋੜ ਹੈ ਅਤੇ ਦੇਖਣ ਨੂੰ ਵੀ ਇਹੀ ਮਿਲ ਰਿਹਾ ਹਲਕਾ ਧੂਰੀ ਦੇ ਵਿੱਚ ਜਿਹੜੇ ਪੁਰਾਣੇ ਸਪੋਰਟਰ ਨੇ ਅਲੱਗ ਅਲੱਗ ਤਰੀਕਿਆਂ ਨਾਲ ਸਪੋਰਟ ਕਰਦੇ ਨੇ ਆਮ ਆਦਮੀ ਪਾਰਟੀ ਨੂੰ ਉਹ ਇੱਕ ਵਾਰੀ ਫਿਰ ਤੋਂ ਸਰਗਰਮ ਹੋ ਚੁੱਕੇ ਨੇ ਕਈ ਇਹ ਕਿਹੜਾ ਧੂਰੀ ਹੈ ਕਲਾਕਾਰਾਂ ਦਾ ਸ਼ਹਿਰ ਮੰਨਿਆ ਜਾਂਦਾ ਇੱਥੋਂ ਬਹੁਤ ਸਾਰੇ ਕਲਾਕਾਰ ਧੂਰੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ ਅਤੇ ਇਹ ਕਲਾਕਾਰ ਵੀ ਭਗਵੰਤ ਨੂੰ ਜਾਂ ਤਾਂ ਐਂ ਕਹਿ ਲਓ ਕਿ ਕਲਾਕਾਰ ਹੋਣ ਦੇ ਨਾਤੇ ਸਪੋਰਟ ਕਰ ਰਹੇ ਨੇ ਇਹਨਾਂ ਦੇ ਵਿੱਚੋਂ ਇੱਕ ਕਲਾਕਾਰ ਨੇ ਬਾਈ ਗੁਰਦਰਸ਼ਨ ਧੂਰੀ ਗੁਰਦਰਸ਼ਨ ਧੂਰੀ ਤੁਹਾਨੂੰ ਦੱਸਦਾ ਜਦੋਂ 2014 ਦੇ ਵਿੱਚ ਭਗਵੰਤ ਹੋਰੀ ਐਮ ਪੀ ਦਾ ਚੋਣ ਲੜਦੇ ਨੇ ਉਦੋਂ ਵੀ ਸਪੋਰਟ ਕਰੀ ਇੱਥੋਂ ਗੁਰਦਰਸ਼ਨ ਧੂਰੀ ਨੇ ਸਪੋਰਟ ਕਿਸ ਤਰ੍ਹਾਂ ਕਰੀ ਕਿ ਗੁਰਦਰਸ਼ਨ ਧੂਰੀ ਨੇ ਆਪਣੇ ਗਾਣਿਆਂ ਦੇ ਰਾਹੀਂ ਭਗਵੰਤ ਹੋਰਾਂ ਦੀ ਸਪੋਰਟ ਕਰੀ ਭਗਵੰਤ ਮਾਨ ਗੁਰਦਰਸ਼ਨ ਧੂਰੀ ਦੇ ਗੀਤ ਲਾ ਕੇ ਚੋਣ ਪ੍ਰਚਾਰ ਕਰਦੇ ਹੋਏ ਅਕਸਰ ਦਿਖਾਈ ਦੇ ਜਾਂਦੇ ਸੀ ਅਤੇ ਹੁਣ ਫਿਰ ਜਦੋਂ ਸੀ ਐਮ ਦੀ ਦੌੜ ਦੇ ਵਿੱਚ ਨੇ ਭਗਵੰਤ ਹੋਰੀ ਤਾਂ ਗੁਰਦਰਸ਼ਨ ਧੂਰੀ ਨੇ ਇੱਕ ਵਾਰ ਫਿਰ ਤੋਂ ਉਹਨਾਂ ਵਾਸਤੇ ਨਵਾਂ ਗੀਤ ਕਰਿਆ ਉਹਨਾਂ ਦੀ ਸਪੋਰਟ ਦੇ ਲਈ ਅਤੇ ਗੁਰਦਰਸ਼ਨ ਧੂਰੀ ਹੋਰ ਬਾਈ ਮੇਰੇ ਨਾਲ ਨੇ ਤਾਂ ਬਾਈ ਹੋਰਾਂ ਨਾਲ ਗੱਲਬਾਤ ਕਰਦੇ ਹਾਂ ਗੁਰਦਰਸ਼ਨ ਜੀ ਸਵਾਗਤ ਕਰਦੇ ਹਾਂ ਖਬਰੀ ਡਾਕੀ ਸਤਿ ਸ਼੍ਰੀ ਅਕਾਲ ਬਾਈ ਗੁਰਮੁਖ ਸੰਧੂ ਜੀ ਅਤੇ ਤੁਹਾਡੀ ਸਾਰੀ ਚੈਨਲ ਦੀ ਟੀਮ ਦਾ ਬਹੁਤ ਬਹੁਤ ਸਵਾਗਤ ਹੈ ਜੀ ਅਗਰ ਮੈਂ ਗੱਲ ਕਰਾਂ ਕਿ ਪਿਛਲੀ ਵਾਰ ਵੀ ਬੜੀ ਠੋਕ ਕੇ ਸਪੋਰਟ ਕਰੀ ਭਗਵੰਤ ਹੋਰਾਂ ਦੀ ਗੁਰਦਰਸ਼ਨ ਧੂਰੀ ਹੋਰਾਂ ਨੇ ਤੁਹਾਡੇ ਗਾਣੇ 'ਤੇ ਜਿਹੜੇ ਭਗਵੰਤ ਮਾਨ ਹੋਰੀ ਅਕਸਰ ਲਾ ਕੇ ਚੋਣ ਪ੍ਰਚਾਰ ਕਰਦੇ ਸੀ ਇਸ ਵਾਰ ਖੈਰ ਕੁਝ ਹਦਾਇਤਾਂ ਨੇ ਬਿਮਾਰੀ ਮਹਾਂਮਾਰੀ ਨੂੰ ਦੇਖਦੇ ਹੋਏ ਅਤੇ ਪਰ ਫਿਰ ਵੀ ਤੁਸੀਂ ਨੇ ਗਾਣਾ ਕਰਿਆ ਉਹਨਾਂ ਦੀ ਸਪੋਰਟ ਦੇ ਵਿੱਚ ਪਹਿਲਾਂ ਤਾਂ ਉਹ ਕਿਹੜਾ ਗਾਣਾ ਸੀ ਕਿਵੇਂ ਉਹ ਗਾਣਾ ਬਣਿਆ ਥੋੜ੍ਹਾ ਜਿਹਾ ਉਹ ਦੱਸ ਦਿਓ ਦਰਸ਼ਕਾਂ ਨੂੰ ਅਤੇ ਉਹਦੇ ਦੋ ਬੋਲ ਵੀ ਜ਼ਰੂਰ ਸੁਣ ਹਾਂਜੀ ਬਾਈ ਉਹ ਗਾਣਾ ਸੀਗਾ ਜੱਗੀ ਧੂਰੀ ਵਾਲੇ ਦਾ ਲਿਖਿਆ ਹੋਇਆ ਸੀਗਾ ਅਤੇ ਉਹਨੇ ਮੈਨੂੰ ਦਿਖਾਇਆ ਮੈਨੂੰ ਵਧੀਆ ਲੱਗੀਆਂ ਚੀਜ਼ਾਂ ਉਹਦੇ ਵਿੱਚ ਸਾਰੀਆਂ ਚੀਜ਼ਾਂ ਮਤਲਬ ਵਧੀਆ ਸੀਗੇ ਲਿਖਿਆ ਹੋਇਆ ਅਤੇ ਉਸ ਤੋਂ ਬਾਅਦ ਅਸੀਂ ਰਿਕਾਰਡ ਕਰਿਆ ਗਗਨ ਦਿਲਦਾਰ ਨੇ ਮਿਊਜ਼ਿਕ ਕੀਤਾ ਅਤੇ ਸੋਹਣਾ ਗਾਣਾ ਬਣ ਗਿਆ ਸੀਗਾ ਅਤੇ ਬਾਈ ਹੋਰਾਂ ਨੇ ਬਹੁਤ ਰਿਪੀਟ 'ਤੇ ਚੱਲਿਆ ਮਤਲਬ ਹੋਰ ਜਿੰਨੇ ਵੀ ਰਿਕਸ਼ੇ ਵਗੈਰਾ ਕੰਬਾਈਨਾਂ ਸਾਰੇ ਕੰਪੇਨ ਦੇ ਘਸਾਤਾ ਸੀ ਕਹਿੰਦੇ ਭਗਵੰਤ ਮਾਨ ਹੋਰਾਂ ਨੇ ਗਾਣਾ ਚਲਾ ਚਲਾ ਕੇ ਬਿਲਕੁਲ ਜੀ ਬਿਲਕੁਲ ਬਹੁਤ ਪਿਆਰ ਦਿੱਤਾ ਲੋਕਾਂ
ਕਦੋਂ ਉਹ ਗਾਣਾ ਉਹਦੇ ਗਾਣੇ ਦੀ ਕੁਛ ਬੋਲ ਸੀ, ਬੇਬੇ ਕਹਿੰਦੀ ਚੱਲ ਪੁੱਤਰ ਆਵੇ ਵੋਟਾਂ ਪਾਈਏ, ਉਹ ਜ਼ਰੂਰ ਸੁਣਾਓ ਦਰਸ਼ਕਾਂ। ਉਹ ਸ਼ੁਰੂ ਤੋਂ ਹੀ ਸੁਣਾਉਣਾ ਤੁਹਾਨੂੰ। ਕੌਣ ਕਰੂਗਾ ਰੀ ਸਾਂਦਲੀਓਂ ਉੱਠੇ ਤੂਫਾਨ ਦੀਆਂ, ਘਰ ਘਰ ਗੱਲਾਂ ਹੁੰਦੀਆਂ ਝਾੜੂ ਚੋਣ ਨਿਸ਼ਾਨ ਦੀਆਂ, ਘਰ ਘਰ ਗੱਲਾਂ ਹੁੰਦੀਆਂ ਝਾੜੂ ਚੋਣ ਨਿਸ਼ਾਨ ਦੀਆਂ, ਬੇਬੇ ਕਹਿੰਦੀ ਚੱਲ ਪੁੱਤਰ ਆਵੇ ਫਰਜ਼ ਨਿਭਾਇਆਈਏ, ਝਾੜੂ ਚੋਣ ਨਿਸ਼ਾਨ ਦਾ ਜਾ ਕੇ ਬਟਨ ਦਬਾਈਏ, ਬਦਲੋ ਆਪ ਤਕਦੀਰਾਂ ਮਿੱਤਰੋ ਹਿੰਦੁਸਤਾਨ ਦੀਆਂ, ਘਰ ਘਰ ਗੱਲਾਂ ਹੁੰਦੀਆਂ ਝਾੜੂ ਚੋਣ ਨਿਸ਼ਾਨ ਦੀਆਂ। ਸਮੇਂ ਦੇ ਮੁਤਾਬਕ ਲਿਖਿਆ ਬਹੁਤ ਸੋਹਣਾ ਹੋਇਆ ਸੀ ਗੀਤ, ਉਦੋਂ ਲੋਕਾਂ ਨੂੰ ਪਸੰਦ ਆਇਆ ਅਤੇ ਸ਼ਾਇਦ ਭਗਵੰਤ ਹੋਰਾਂ ਨੂੰ ਵੀ ਪਸੰਦ ਆਇਆ, ਤਾਂ ਕਰਕੇ ਗੀਤ ਬੜਾ ਚਰਚਾ ਦੇ ਵਿੱਚ ਆ ਗਿਆ ਸੀ, ਹੈ ਨਾ। ਅਤੇ ਕਹਿੰਦੇ ਨੇ ਕਲਾਕਾਰ ਗੁਰਦਰਸ਼ਨ ਜੀ ਸਾਂਝਾ ਹੁੰਦਾ, ਕਿਸੇ ਪਾਰਟੀ ਦਾ ਨਹੀਂ ਕਹਿ ਸਕਦੇ, ਕਿਸੇ ਇੱਕ ਇਨਸਾਨ ਦਾ ਨਹੀਂ ਕਹਿ ਸਕਦੇ, ਤੁਸੀਂ ਕਿਵੇਂ ਫਿਰ ਸਿੱਧੀ ਸਪੋਰਟ ਕਰੀ ਜਾਂਦੇ ਝਾੜੂ ਦੀ, ਕਿ ਹੋਰ ਪਾਰਟੀ ਵਾਲੇ ਨਹੀਂ ਕਹਿਣਗੇ? ਬਾਈ ਦੇਖੋ, ਸਪੋਰਟਰ ਵੀ ਹੁੰਦੇ ਨੇ ਹਰੇਕ ਪਿੰਡ 'ਚ ਹਰੇਕ ਪਾਰਟੀ ਦੇ ਜੀ, ਆਪਾਂ ਕਲਾਕਾਰ ਸਾਰਿਆਂ ਦਾ ਸਾਂਝਾ ਹੀ ਹੁੰਦਾ। ਵੈਸੇ ਇੱਕ ਸਾਡਾ ਫਰਜ਼ ਬਣਦਾ ਸੀ, ਸਾਡਾ ਕਲਾਕਾਰ ਭਰਾ ਸੀ, ਹੈ ਨਾ, ਅਤੇ ਇਹ ਸੋਚ ਕੇ ਵੀ ਅਸੀਂ ਇਹ ਕੀਤਾ, ਅਤੇ ਕੁਛ ਇਹ ਵੀ ਚਾਹੀਦਾ ਵੀ ਬਦਲਾਅ ਆਉਣਾ ਵੀ ਬਹੁਤ ਜ਼ਰੂਰੀ ਆ, ਰਾਜਨੀਤੀ ਦੇ ਵਿੱਚ ਬਦਲਾਅ ਆਵੇ, ਹੈ ਨਾ, ਅਤੇ ਬਹੁਤ ਚੰਗੀ ਗੱਲ ਆ। ਲੁੱਟ ਖਸੁੱਟੇ ਹੋ ਰਹੀ ਆ, ਤੁਹਾਨੂੰ ਪਤਾ ਰਲ ਮਿਲ ਕੇ ਕਰੀ ਜਾਂਦੇ। ਤੁਸੀਂ ਗੱਲ ਕਰੀ ਸੀ ਗੀਤ ਦੇ ਵਿੱਚ ਕਿ ਦਿੱਲੀਓਂ ਉੱਠੇ ਤੂਫਾਨ ਦੀਆਂ, ਕੁਝ ਕੁ ਪੰਜਾਬੀ ਇਤਰਾਜ਼ ਵੀ ਕਰਦੇ ਨੇ ਕਿਹੜਾ ਤੂਫਾਨ ਆ ਦਿੱਲੀ ਤੋਂ ਉੱਠਣਾ ਚਾਹੀਦਾ, ਪੰਜਾਬ ਦੇ ਉਰੋਂ ਫੈਸਲੇ ਆਪ ਹੀ ਸਾਨੂੰ ਲੈਣੇ ਪੈਣਗੇ, ਫਿਰ ਹੀ ਅਸੀਂ ਕੁਛ ਕਰ ਪਾਵਾਂਗੇ। ਕਈ ਕੇਜਰੀਵਾਲ ਦੀ ਸੋਚ ਦੇ ਨਾਲ ਸਹਿਮਤ ਨਹੀਂ ਚੱਲਦਾ, ਤਾਂ ਹੁਣ ਦੂਜਾ ਪਾਸਾ ਵੀ ਜੇ ਦੇਖੀ ਉਹ ਵੀ ਦਿੱਲੀ ਤੋਂ ਚੱਲਦਾ, ਹੈ ਨਾ, ਅਤੇ ਇਹ ਤਾਂ ਹੁਣ ਕਹਿਣ ਦੀਆਂ ਗੱਲਾਂ ਨੇ, ਅਤੇ ਬਾਕੀ ਸੁਧਾਰ ਹੋ ਜਾਵੇ, ਹੈ ਨਾ, ਇੱਥੇ ਸਾਡੇ ਸਮਾਜ ਦਾ ਕੁਛ ਹੋ ਸਕੇ ਚੰਗਾ। ਤੁਸੀਂ ਧੂਰੀ ਦੇ ਰਹਿਣ ਵਾਲੇ ਹੋ, ਕਲਾਕਾਰਾਂ ਦਾ ਕਿਵੇਂ ਮੈਂ ਕਿਹਾ ਕਿ ਸ਼ਹਿਰ ਮੰਨਿਆ ਜਾਂਦਾ, ਧੂਰੀ ਕਲਾਕਾਰਾਂ ਦਾ ਸ਼ਹਿਰ ਆ, ਅਤੇ ਭਗਵੰਤ ਹੋਰੀ ਕਲਾਕਾਰ ਨੇ ਕਾਫੀ ਵੱਡੇ ਕਲਾਕਾਰ ਰਹੇ ਮਿਊਜ਼ਿਕ ਇੰਡਸਟਰੀ ਵਿੱਚ, ਭਗਵੰਤ ਹੋਰਾਂ ਦਾ ਨਾਮ ਕਾਫੀ ਨੰਬਰ ਵਨ ਦੇ ਉੱਪਰ ਰਿਹਾ ਹੈ ਨਾ, ਆਪਾਂ ਨੇ ਦੇਖਿਆ ਕਾਫੀ ਸਮਾਂ, ਕੀ ਲੱਗਦਾ ਕਿ ਜਿੱਤ ਜਾਣਗੇ, ਕੀ ਜਿੱਤਾ ਦੋਗੇ ਭਗਵੰਤ ਹੋਰਾਂ ਨੂੰ? ਜਿੱਤ ਪੱਕੀ ਆ ਜੀ, ਜਿੱਤ ਪੱਕੀ ਆ, ਘਰ ਘਰ ਦੇ ਵਿੱਚ ਸਾਰੇ ਕਿਤੇ ਇਹੀ ਗੱਲਾਂ ਹੋ ਰਹੀਆਂ ਝਾੜੂ। ਦੂਸਰੇ ਪਾਸੇ ਕਿਹੜਾ ਦਲਵੀਰ ਸਿੰਘ ਗੋਲਡੀ ਆ, ਸਾਫ਼ ਸੁਥਰੀ ਛਵੀ ਦੇ ਮੰਨਿਆ ਜਾਂਦਾ ਉਹਨਾਂ ਨੂੰ ਵੀ, ਉਹ ਕਹਿੰਦੇ ਪੇਚਾ ਫਸਮੀ ਆ ਕੰਮ, ਕਹਿੰਦੇ ਉਰੇ ਨਹੀਂ ਫਸਮਾ ਹੈਗਾ, ਵਧੀਆ ਇਨਸਾਨ ਆ ਗੋਲਡੀ ਭਰਾ ਸਾਡਾ, ਅਤੇ ਇੱਦਾਂ ਦੀ ਕੋਈ ਗੱਲ ਨਹੀਂ, ਅਤੇ ਪਰ ਲੋਕਾਂ ਦਾ ਜਿਹੜਾ ਆਪਾਂ ਮਾਹੌਲ ਦੇਖੀਏ, ਪਰ ਇਸ ਵਾਰੀ ਝਾੜੂ ਕੰਨੀ ਹੈ। ਗੋਲਡੀ ਹੋਰਾਂ ਨੂੰ ਮਿਲੇ ਹੋ ਕਦੇ? ਗੋਲਡੀ ਹੋਰਾਂ ਨਾਲ ਗੱਲਬਾਤ ਹੋਈ? ਬਿਲਕੁਲ ਜੀ, ਮਿਲਦੇ ਹੀ ਰਹਿੰਦੇ ਹਾਂ। ਗੋਲਡੀ ਦਾ ਨਾ ਗੁੱਸਾ ਕਰ ਜੇ ਵੀ ਗੁਰਦਰਸ਼ਨ, ਯਾਰ ਤੂੰ ਦੂਜੇ ਪਾਸੇ ਸਪੋਰਟ ਕਰੀ, ਉਹਨੂੰ ਪਤਾ ਹੀ ਆ ਵੀ ਹਾਂ ਕਲਾਕਾਰ ਆ ਯਾਰ, ਤਾਂ ਕੰਮ ਵੀ ਆ ਸਾਡਾ। ਗੋਲਡੀ ਹੋਰਾਂ ਦੀ ਸਪੋਰਟ ਦੇ ਵਿੱਚ ਨਹੀਂ ਕਰਿਆ ਗਾਣਾ ਕਦੇ ਕੋਈ? ਨਹੀਂ, ਉਹਨੇ ਕਦੇ ਕਿਹਾ ਨਹੀਂ, ਤੇ ਕੋਈ ਗੱਲ ਨਹੀਂ, ਬਾਕੀ ਪਹਿਲਾਂ ਤੋਂ ਹੀ ਮੇਰਾ ਖੈਰ ਰਾਜਨੀਤੀ ਨਾਲ ਕੋਈ ਇੱਦਾਂ ਦਾ ਹੈ ਨਹੀਂ ਲਗਾ, ਅਤੇ ਇਹ ਪਾਰਟੀ ਆਈ ਸੀ ਕਿ ਨਵਾਂ ਕੁਛ ਲੈ ਕੇ ਕਨਸੈਪਟ, ਹੈ ਨਾ, ਅਤੇ ਤਾਂ ਇਹਨਾਂ ਨਾਲ ਜੁੜੇ ਆਪਾਂ। 2014 ਦੇ ਵਿੱਚ ਕਰਿਆ ਸੀ ਪਹਿਲਾ ਗਾਣਾ, ਫਿਰ ਕਦੋਂ ਦੁਬਾਰੇ ਭਗਵੰਤ ਹੋਰੀ ਦੁਬਾਰੇ ਦੂਜੀ ਵਾਰ ਲੜੇ, ਫਿਰ ਵੀ ਕੋਈ ਉਹਨਾਂ ਦੀ ਸਪੋਰਟ ਵਾਸਤੇ ਗੀਤ ਨਹੀਂ ਕਰਿਆ? ਆ ਇੱਕ ਹੁਣ ਕਰਿਆ, ਹਾਂ ਉਸ ਦਿਨ ਉਸ 'ਤੇ ਵੀ ਆਊਂਗਾ ਮੈਂ। ਕਿਹੜਾ ਦੂਜੀ ਵਾਰ ਕਦੋਂ MP ਦਾ ਇਲੈਕਸ਼ਨ ਲੜੇ ਉਦੋਂ ਦਾ ਨਹੀਂ ਕਰਿਆ? ਉਦੋਂ ਨਹੀਂ ਕਰਿਆ, ਉਦੋਂ ਨਹੀਂ ਕਰਿਆ, ਅਤੇ ਹੁਣ ਕਿਹੜਾ ਤਾਜ਼ਾ ਗੀਤ ਕਰਿਆ? ਇਸ ਗੀਤ ਦੇ ਵਿੱਚ ਤੁਸੀਂ ਨੇ ਕਿਵੇਂ ਆਪਣੀ ਗੱਲਬਾਤ ਹੋ ਰਹੀ ਸੀ, ਇਸ ਵਾਰ ਤੁਸੀਂ ਜ਼ਿਕਰ ਕਰ ਰਹੇ ਹੋ ਕਿ MP ਚੁਣਿਆ ਪਹਿਲਾਂ, ਹੁਣ CM ਬਣਾ ਕੇ ਛੱਡਾਂਗੇ, ਅਤੇ ਇੱਕ ਕਿਤੇ ਭਗਵੰਤ ਹੋਰੀ ਕਹਿ ਕੇ ਤਾਂ ਨਹੀਂ ਲਿਖਾਉਂਦੇ ਇਹੋ ਜਿਹੇ ਗੀਤ, ਜਾਂ ਆਪਦੇ ਆਪ ਹੀ ਉਹਨਾਂ ਨੂੰ ਇੱਕ ਹੁੰਦਾ ਵੀ ਆਪਾਂ ਨੇ ਖੁਸ਼ੀ ਦੇ ਤੌਰ 'ਤੇ ਗਿਫਟ ਕਰਿਆ? ਇਹ ਤੁਹਾਨੂੰ ਮੈਂ ਗੱਲ ਦੱਸਦਾ, ਇਹ ਸਾਡਾ ਵੀਰਾ ਗਗਨ ਪਸੌੜ ਆ, ਉਹ ਆਮ ਆਦਮੀ ਪਾਰਟੀ ਦਾ ਵਰਕਰ ਵੀ ਆ, ਇਹ ਵਰਕਰਾਂ ਦੇ ਦਿਲ ਦੀ ਗੱਲ ਹੁੰਦੀ ਆ ਜੋ ਵੀ ਹੁੰਦੀ ਹੈ, ਵੀ ਅਸੀਂ ਐਂ ਕਰਨਾ, ਅਸੀਂ ਐਂ ਕਰਨਾ, ਹੈ ਨਾ, ਅਤੇ ਆਪਾਂ ਸਿਰਫ ਗਾ ਕੇ ਉਹ ਚੀਜ਼ ਨੂੰ ਅੱਗੇ ਲਿਆਉਣਾ ਹੁੰਦਾ, ਅਤੇ ਫਿਰ ਆਉਣ ਤੋਂ ਫਿਰ ਦੋ ਲੈਣਾ ਤਾਂ ਜੇ ਰਿਲੀਜ਼ ਕਰਤਾ ਗੀਤ ਵੈਸੇ? ਹਾਂ ਰਿਲੀਜ਼ ਕਰਤਾ ਜੀ, 4-5 ਕੁ ਦਿਨ ਹੋਏ ਨੇ ਰਿਲੀਜ਼ ਕਰੇ ਨੂੰ। ਓਕੇ, ਖਿੱਚ ਲਓ ਪੰਜਾਬੀ ਓ ਖਿੱਚੋ ਹੋ ਤਿਆਰੀ, ਆਉਣ ਵਾਲੀ ਏ ਝਾੜੂ ਦੀਵਾਰੀ, ਖਿੱਚ ਲਓ ਪੰਜਾਬੀ ਓ ਖਿੱਚੋ ਹੋ ਤਿਆਰੀ, ਆਉਣ ਵਾਲੀ ਏ ਝਾੜੂ ਦੀਵਾਰੀ, ਬਹਿਮ ਕਈਆਂ ਦੇ ਕੱਢੇ ਪਹਿਲਾਂ ਹੁਣ ਬਾਈ ਵਿੱਚ ਵੀ ਕੱਢਾਂਗੇ, ਹਾਂ ਦੋ ਵਾਰੀ ਪਹਿਲਾਂ MP ਚੁਣਿਆ ਹੁਣ CM ਬਣਾ ਕੇ ਛੱਡਾਂਗੇ, ਦੋ ਵਾਰੀ ਪਹਿਲਾਂ MP ਚੁਣਿਆ। ਕਿਆ ਬਾਤ ਆ, BJP ਤੇ ਅਕਾਲੀ ਕਾਂਗਰਸ ਝੂਠੇ ਵਾਅਦੇ ਕਰਦੇ ਫਿਰਦੇ, ਆਪਸ ਦੇ ਵਿੱਚ ਇੱਕ ਨੇ ਸਾਰੇ ਰਲ ਝਾੜੂ ਨੂੰ ਪੰਡਦੇ ਫਿਰਦੇ, ਗਗਨ ਪਸੌੜ ਵਾਲਾ ਵੀ ਆਖੇ ਝਾੜੂ ਦੇ ਝੰਡੇ ਗੱਡਾਂਗੇ,
हाँ दो बारी पहला एमपी चुनिया हुण सीएम बना के छड़ांगे दो बारी पहला एमपी चुनिया। क्या बात है, दो बारी पहला एमपी चुनिया हुण सीएम बना के छड़ांगे, की बना दोगे सीएम? मैं कहना लोकां दा जिहड़ा इस बारी झुका है वह सारा इधर ही है, हर एक बंदा चाहुंदा भी बदलाव होवे ते कुछ चंगियां चंगे लोग आउण राजनीति दे विच। नहीं, चंगी गल है बदलाव आउण ते झुका, किवें तुसीं ने कहा कि इस बार ऐ लगदा आम आदमी पार्टी वाला, पर मेरी किसी ने गल हो रही थी वह मैनूं कहिंदे भी जाने कि इस बार इन्नी हवा नहीं, पिछली बार तो इदों भी ज़्यादा हवा सी, सरकार तो उदों भी नहीं बना पाई। देखो पहला रवायती पार्टियां दे चक्करां च थोड़ा जिहा लोक उलझ जांदे सी, है ना, इस बारी तो बरका ही पाड़ता लोगों ने भी इस बारी बदलाव आना चाहिए। हाँ जी, तो गुरदर्शन कि मैं पहला भी गल करी है भी कलो एक पार्टी के होकर चलते हो गाने एक पार्टी के हक के बिच गीत करते हो तो विरोध का सामना नहीं करना पैंता दूजिया पार्टियां? अपना तकरीबन एक तो मेरा जिहड़ा नेचर आ मेरा सारिया नाल ही मेरा बहुत ज़्यादा प्रेम प्यार आ, विचारां दी ओह हुंदी है ना, किसी दे थोड़े विचार होर हो सकदे मेरे होर हो सकदे आ, ते आपां मतलब इदां दा किसी नाल कोई तकरारबाजी वाली गलबात नहीं हुंदी साडी। इत्थे मैं दर्शकों दसदा कि बई गुरदर्शन होरी पंजाबी इंडस्ट्री के बहुत वधिया कलाकार ने, ते 20 साल पुराने मैनु जानदे ने, 20 साल पुरानी साडी दोस्ती है, ते इन्हां ने गाणा सी, इन्हां दा हिट गाणा सी सहेली कब्बी ते फीम दी डब्बी, गभरू नूं नंग कर गई तो डोले नूं तबीत बन्निया कुड़ी नज़र लगन तो डरदी, इस तरह के होर काफ़ी बई ने गाने करे। मैं चाहूँगा कि यह गाना सी किहड़ा तुहाडा, यह सहेली कब्बी वाला गाना लोग बहुत इसे तो तुहानूं जानते हैं, तो इहदियां दो लाइनां जी। मैं सब तो पहला तो वीरे तुहाडा धन्नवाद करदा, तो तुसीं जिहड़ा डोले नूं तबीत बन्निया तुसीं आप प्रोड्यूस कीता सी उहनूं, ते ललित भाजी ने म्यूजिक करिया सी, है ना, तुहाडी कंपनी च आया सीगा, तो उस गाने ने मेरी पहचान बनाई। उस तो बाद होर बहुत हिट गाने होए, चलो फीम दी डब्बी भी होर काफ़ी बज गए रात दे 12 वो थोड़ा लिखा सीगा, ते पहला तवीत गाने तो शुरुआत करते हैं। हो सुरमे दी धार नाल नैणा नूं सजा लिया है, पट दा परांदा कूड़ा वालां च गंदा लिया, हो मैं के अत्तरां दी जावे सिर चढ़दी, डोले नूं तबीत बन्ने आवे कुड़ी नजरां लगन तो डरदी। मेरे ख्याल च गाने नूं 20 साल हो गए हुणे आए नूं इहनूं आवाज़, पर अगर आपां गल करदे हां गुरदर्शन उस तरह की पई है इहनूं, मैनूं लगदा 2008 च आया सी, 7-8 दी गल होणी शायद, ते हुण जांदे जांदे उहदियां भी दो लैणा सुना दो फेम दी डब्बी। हां जी, उह तां हुण जी आया सी। हो चढ़दी जवानी पै गया चस कर खाण दा, 18वें च यादी हो गया काला माल खाण दा, खाली खड़कन गले ऐसी लगी है, गबरू नू नंग कर गई सहेली कब्बी ते फीम दी डब्बी, है गबरू नू नंग कर गई सहेली कब्बी ते फीम दी डब्बी, हाँ गबरू नू नंग कर गई। क्या बात है भाई। अच्छा भाई, आने वाले प्रोजेक्ट कि आने वाले? काफ़ी प्रोजेक्ट रेडी पे ने वीरे, तो जल्दी बस वीडियो भी एक दो तैयार पई हैं। ਕਰੋਨਾ ਦਾ ਸਮਾਂ ਚੱਲ ਰਿਹਾ ਸੀ, ਸਾਰੇ ਕਲਾਕਾਰ ਲਪੇਟਦੇ ਨੇ, ਕਿਵੇਂ ਤੁਹਾਨੂੰ ਵੀ ਵੱਜਿਆ ਝਟਕਾ? ਸਾਰਿਆਂ ਨੂੰ ਮਾਰ ਪਈ ਹੈ ਕਰੋਨਾ ਦੇ ਕਾਲ ਦੇ ਵਿੱਚ, ਸ਼ੋਅ ਵਗੈਰਾ ਸਭ ਕੁਝ ਬੰਦ ਸੀਗਾ। ਫਿਰ ਕਿਵੇਂ ਆਮ ਜ਼ਿੰਦਗੀ ਕਿਵੇਂ ਚੱਲ ਰਹੀ ਹੈ ਜ਼ਿੰਦਗੀ ਹੁਣ, ਆਮ ਕਿਵੇਂ ਖਰਚੇ ਪਾਣੀ ਕਿਵੇਂ ਚੱਲਦੇ ਨੇ? ਜ਼ਿੰਦਗੀ ਵਧੀਆ, ਅਤੇ ਘਰੇ ਕੰਮ ਤੁਹਾਨੂੰ ਪਤਾ ਹੈਗਾ ਅਤੇ ਕਰੀ ਜਾਂਦੇ ਹਾਂ। ਬਾਕੀ ਇਹ ਲੈਣ ਚੱਡਾ ਕੱਢਣ ਪਾਉਣ ਵਾਲੇ ਮਤਲਬ ਪਿਛਲੇ ਸਮੇਂ ਦੌਰਾਨ ਕਹੀਏ ਤਾਂ ਸ਼ੋਅ ਵਗੈਰਾ ਨਹੀਂ ਲੱਗੇ ਤਾਂ ਨਹੀਂ ਰਹੇ ਫਿਲਹਾਲ ਕੁਛ ਨਹੀਂ, ਅਤੇ ਅੱਗੇ ਹੋ ਸਕਦਾ ਆਹ ਹੁਣ ਦੁਬਾਰਾ ਫਿਰ ਬੰਦ ਕਰਤਾ, ਕਹਿੰਦੇ 50 ਬੰਦਿਆਂ ਤੋਂ ਵੱਧ ਨਹੀਂ ਹੋਣੇ ਚਾਹੀਦੇ। ਅਤੇ ਆਮ ਆਦਮੀ ਪਾਰਟੀ ਨੂੰ ਤੁਸੀਂ ਸਪੋਰਟ ਕਰਦੇ ਹੋ, ਆਮ ਆਦਮੀ ਪਾਰਟੀ ਜਾਂ ਭਗਵੰਤ ਤੋਰਾ ਲਈ ਕੀ ਸੁਨੇਹਾ? ਬਾਈ ਸੁਨੇਹਾ ਉਹਨਾਂ ਨੂੰ ਕੀ ਦੇਣਾ, ਸਾਰੇ ਮੈਨੂੰ ਲੱਗਦਾ ਜਿਵੇਂ ਅੱਜ ਕੱਲ੍ਹ ਉਹਨਾਂ ਨੂੰ ਕਹਿਣ ਲੱਗ ਗਏ ਵੀ ਭੁਮੱਕੜੇ ਨੇ ਸਾਰੇ ਵਧੀਆ ਸੋਚ ਵਾਲੇ ਬੰਦੇ ਇੱਧਰ ਆਏ ਹੋਏ ਆ। ਤਾਂ ਦੋਸਤੋ ਇਹ ਸੀ ਬਾਈ ਗੁਰਦਰਸ਼ਨ ਧੂਰੀ, ਹੁਣ ਦੇਖਦੇ ਹਾਂ ਰਿਜ਼ਲਟ ਕਿਸ ਤਰ੍ਹਾਂ ਦੇ ਆਉਂਦੇ ਨੇ, ਉਸ ਤੋਂ ਬਾਅਦ ਬਾਈ ਹੋਰਾਂ ਨਾਲ ਇੱਕ ਵਾਰ ਫਿਰ ਤੋਂ ਗੱਲਬਾਤ ਕਰਾਂਗੇ। ਵੀਡੀਓ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਰ ਸਕਦੇ ਹੋ, ਅਗਰ ਬਾਈ ਦਾ ਇਹ ਗਾਣਾ ਸੁਣਨਾ ਹੋਊਗਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹੈ ਸੁਣ ਸਕਦੇ ਹੋ। ਧੰਨਵਾਦ।